ਆਪਣੇ ਪੁਲਿਸ ਵਾਲਿਆਂ ਨੂੰ ਸਰਦਾਰ ਗੁਰਜਾਰ ਸਿੰਘ ਜੀ ਠੀਕ ਹੈ ਜੀ ਪਿੰਡ ਕਿਹੜਾ ਪਿਆ ਕਿਲਾ ਹਕੀਮਾ ਜੀ ਅਤੇ ਜ਼ਿਲ੍ਹਾ ਜੀ ਜ਼ਿਲ੍ਹਾ ਸੰਗਰੂਰ ਠੀਕ ਹੈ ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰਟੀ ਪ੍ਰੋਡਕਟ ਹੈ ਜੀ ਹਾਂਜੀ ਅਤੇ ਕਿਹੜੀ ਫਸਲ ਦੇ ਤੁਸੀਂ ਰਿਜ਼ਲਟ ਦਿੱਤੇ ਜੀ ਇਹ ਆਪਣੇ ਜੀਰੀ ਦੇ ਦਾ ਪਾਇਆ ਜੀ ਆਪਣੇ ਜੀਰੀ ਦੇ ਪਾਇਆ ਹਾਂਜੀ ਉੱਥੇ ਜੀਰੀ ਦੇ ਤੁਹਾਨੂੰ ਕੀ ਰਿਜ਼ਲਟ ਆਪਣਾ ਕਿਰਾਇਆ ਹੋਇਆ ਵਾਹਣ 'ਤੇ ਜੀ ਪਿਛਲੇ ਸਾਲ ਆਪਣੀ ਬਹੁਤ ਮਾੜੀ ਪਈ ਫਸਲ ਠੀਕ ਹੈ ਐਤਕੀ ਬਹੁਤ ਵਧੀਆ ਫਸਲ ਆਈ ਹੈ ਬਹੁਤ ਵਧੀਆ ਆਈ ਹੈ ਹਾਂਜੀ ਅਤੇ ਉਹਦੇ ਨਾਲ ਕੋਈ ਨਾਈਟ੍ਰੋਜਨ ਕੋਈ ਕੈਮੀਕਲ ਖਾਦਾਂ ਘਟਾਈਆਂ ਜੀ ਹਾਂ ਥੋੜ੍ਹਾ ਯੂਰੀਆ ਘਟਾਇਆ ਜੀ ਯੂਰੀਆ ਘਟਾਇਆ ਹਾਂਜੀ ਬਾਕੀ ਜਿਵੇਂ ਯੂਰੀਆ ਘਟਾਉਣ ਦੇ ਨਾਲ ਤੁਹਾਡੇ ਕੋਈ ਫਸਲ ਨੂੰ ਇਹ ਤਾਂ ਨਹੀਂ ਲੱਗਦਾ ਵੀ ਕੋਈ ਘਾਟ ਮਹਿਸੂਸ ਤਾਂ ਨਹੀਂ ਐਤਕੀ ਫਸਲ ਬਹੁਤ ਵਧੀਆ ਜੀ ਬਹੁਤ ਵਧੀਆ ਕਰੀ ਬਾਕੀ ਕੋਈ ਉਰਲੀ ਰੋਗ ਤੁਹਾਡੇ ਬਾਹਰ ਨੂੰ ਜਾਂ ਕੋਈ ਹਾਲ ਤਾਂ ਠੀਕ ਹੈ ਜੀ ਬਾਕੀ ਹੁਣ ਪਤਾ ਲੱਗੂਗਾ ਠੀਕ ਹੈ ਜੀ ਬਾਕੀ ਹਜੇ ਤੱਕ ਕੋਈ ਵੀ ਸਮੱਸਿਆ ਜੀ ਆਈ ਨਹੀਂ ਹਰ ਜਾ ਬਿਲਕੁਲ ਠੀਕ ਹੈ ਵੀ ਪਿਛਲੀ ਵਾਰ ਜਿਵੇਂ ਡੀ ਏ ਪੀ ਪਾ ਦਿੰਦੇ ਹੋ ਐਤਕੀ ਡੀ ਏ ਪੀ ਪਾਇਆ ਐਤਕੀ ਨਹੀਂ ਪਾਇਆ ਜੀ ਬਿਲਕੁਲ ਹੀ ਡੀ ਏ ਪੀ ਯਾਨੀ ਕਿ ਫਸਲ ਪੂਰੀ ਵਧੀਆ ਖੜੀ ਹਾਂ ਪੂਰੀ ਵਧੀਆ ਤੋਂ ਤੁਸੀਂ ਇਹ ਆਰਟੀ ਪ੍ਰੋਡਕਟ ਤੋਂ ਪੂਰੇ ਸੰਤੁਸ਼ਟ ਹੋ ਜੀ ਹਾਂ ਜੀ ਹਾਂ ਹੁਣ ਫਿਰ ਕਰਾਂਗੇ ਸਪਰੇਅ ਅਸੀਂ ਬਾਕੀ ਤੁਸੀਂ ਹੋਰ ਜ਼ਿਮੀਦਾਰਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਇਹ ਆਰਟੀਆਈ ਬਹੁਤ ਵਧੀਆ ਜੀ ਠੀਕ ਹੈ ਹਰੇਕ ਜ਼ਿਮੀਦਾਰ ਨੂੰ ਪਾਉਣੀ ਚਾਹੀਦੀ ਹੈ ਮੰਨ ਲਓ ਵੀ ਤੁਹਾਨੂੰ ਰਿਜ਼ਲਟ ਮਿਲੇ ਨੇ ਹਾਂਜੀ ਹਾਂਜੀ ਕਿੰਨੇ ਏਕੜ ਦੀ ਖੇਤੀ ਕਰਦੇ ਜੀ ਆਪਣੇ 16 ਏਕੜ ਨੇ ਜੀ 16 ਏਕੜ ਦੇ ਹਾਂਜੀ